ਅਜਨਾਲਾ 'ਚ ਹੋ ਰਹੀਆਂ ਯੂਥ ਕਾਂਗਰਸ ਦੀਆਂ ਚੋਣਾਂ ਨੂੰ ਲੈ ਕੇ ਕੱਲ੍ਹ ਵੋਟਿੰਗ ਦੀ ਪ੍ਰਤੀਕਿਰਿਆ ਸ਼ਾਂਤੀਪੂਰਵਕ ਚੱਲੀ। ਕੱਲ੍ਹ ਅਜਨਾਲਾ 'ਚ 902 ਵੋਟਾਂ 'ਤੇ ਵੋਟਿੰਗ ਹੋਈ। ਇਸੇ ਦੌਰਾਨ ਯੂਥ ਵਿੰਗ ਦੇ ਸੀਨੀਅਰ ਆਗੂ ਅਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਬੇਟੇ ਕੰਵਰ ਪ੍ਰਤਾਪ ਸਿੰਘ ਅਜਨਾਲਾ ਮੌਕੇ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਯੂਥ ਵਿੰਗ ਨੂੰ ਹੋ ਰਹੀ ਵੋਟਿੰਗ 'ਤੇ ਨਿਗਰਾਨੀ ਰੱਖੀ। ਇਸ ਮੌਕੇ ਕੰਵਰ ਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਵੋਟਿੰਗ ਦੀ ਪ੍ਰਤੀਕਿਰਿਆ ਸ਼ਾਂਤੀਪੂਰਵਕ ਚੱਲੀ ਹੈ। ਅੱਜ ਤੁਸੀਂ ਜਿੱਦਾਂ ਦੇਖ ਰਹੇ ਹੋ, ਬਹੁਤ ਹੀ ਵਧੀਆ ਢੰਗ ਨਾਲ ਵੋਟਾਂ ਭੁਗਤ ਰਹੀਆਂ ਨੇ ਸ਼ਾਂਤੀਪੂਰਵਕ, ਅਤੇ ਬਿਲਕੁਲ ਆਸਾਨੀ ਨਾਲ ਲੋਕ ਅੰਦਰ ਜਾ ਕੇ, ਜਿਹੜੇ ਨੌਜਵਾਨ ਯੂਥ ਕਾਂਗਰਸ ਦੇ ਵਰਕਰ ਨੇ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਨੇ, ਉਹ ਅੰਦਰ ਜਾ ਕੇ ਵੋਟਾਂ ਪਾ ਰਹੇ ਨੇ। ਡਿਸਟ੍ਰਿਕਟ ਦੀਆਂ, ਸਟੇਟ ਬਾਡੀ ਦੀਆਂ, ਸਾਡੇ ਹਲਕੇ ਵਾਰ ਵੋਟਾਂ ਪੈ ਰਹੀਆਂ ਨੇ, ਵੱਖੋ ਵੱਖ 5 ਵੋਟਾਂ ਪੈ ਰਹੀਆਂ ਨੇ, ਅਤੇ ਉਹ ਬੜੀ ਆਸਾਨੀ ਨਾਲ ਅੰਦਰ ਜਾ ਕੇ ਵੋਟਾਂ ਜਿਹੜੀਆਂ ਪਾ ਰਹੇ ਨੇ। ਸਾਰੇ ਪ੍ਰਬੰਧ ਪੂਰੇ ਕੀਤੇ ਗਏ ਨੇ, ਅਤੇ ਪੁਲਿਸ ਮੁਲਾਜ਼ਮ ਵੀ ਆਏ ਨੇ, ਲੇਡੀਜ਼ ਪੁਲਿਸ ਵੀ ਆਈ ਹੈ, ਲੇਕਿਨ ਉਹਦੀ ਹਜੇ ਬਿਲਕੁਲ ਲੋੜ ਨਹੀਂ ਪਈ, ਬਿਕੋਜ਼ ਬਹੁਤ ਸ਼ਾਂਤੀਪੂਰਵਕ ਸਾਰਾ ਕੰਮ ਹੋ ਰਿਹਾ। ਕੋਈ ਅਪੀਲ ਕਰਨਾ ਚਾਹੁੰਦੇ ਨੌਜਵਾਨਾਂ ਨੂੰ? ਅਪੀਲ ਮੈਂ ਆਹੀ ਕਰਾਂਗਾ ਨੌਜਵਾਨਾਂ ਨੂੰ ਕਿ ਆਪਾਂ ਚੰਗੇ ਪਾਸੇ ਲੱਗੀਏ। ਨਸ਼ੇ ਦਾ ਜਿਹੜਾ ਕਈ ਵਾਰੀ ਲੱਗਦਾ ਹੈ ਪੰਜਾਬੀਆਂ 'ਤੇ, ਉਹ ਬਿਲਕੁਲ ਆਪਾਂ ਉਸ ਪਾਸੇ ਨਹੀਂ ਜਾਣਾ, ਅਤੇ ਨਸ਼ੇ ਨੂੰ ਨਕਾਰ ਕੇ ਅਤੇ ਚੰਗੇ ਪਾਸੇ ਐਜੂਕੇਸ਼ਨ ਵੱਲ, ਪੜ੍ਹਾਈ ਲਿਖਾਈ ਵੱਲ, ਅਤੇ ਚੰਗੀਆਂ ਨੌਕਰੀਆਂ ਜਿਹੜੀਆਂ ਲਈਏ ਆਪਾਂ, ਅਤੇ ਤਾਂ ਹੀ ਆਪਾਂ ਯੂਥ ਨੂੰ ਕਿਤੇ ਚੰਗੇ ਪਾਸੇ ਲਾ ਸਕਦੇ। ਨਾਲੇ ਹਲਕੇ ਤੋਂ ਕਿਹੜੇ ਕਿਹੜੇ ਕੈਂਡੀਡੇਟਸ ਨੇ? ਅਜਨਾਲੇ ਹਲਕੇ ਤੋਂ ਇੱਕ ਤਾਂ ਸਾਡੇ ਹੈਗੇ ਨੇ ਜੀ, ਸਾਡੇ ਡਿਸਟ੍ਰਿਕਟ ਬਾਡੀ 'ਚ ਸਰਵਣ ਸਿੰਘ, ਜਿਹੜੇ ਸਾਬਕਾ ਸਾਡੇ ਪ੍ਰਧਾਨ ਸੀਗੇ ਯੂਥ ਕਾਂਗਰਸ ਦੇ, ਅਤੇ ਇੱਕ ਪ੍ਰਧਾਨ ਜਿਹੜੇ ਹੁਣ ਮੇਰੇ ਹਿਸਾਬ ਨਾਲ ਚੁਣੇ ਜਾਣਗੇ ਉਹ ਨੇ ਮਨਪ੍ਰੀਤ ਸਿੰਘ, ਅਤੇ ਵਾਈਸ ਪ੍ਰਧਾਨ ਨੇ ਵਰਿੰਦਰਪਾਲ ਸਿੰਘ। ਬੁਲਾ ਨਿਊਜ਼ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ।